ਅੱਜ ਆਪਾਂ ਬਣਾਵਾਂਗੇ ਰੈਸਟੋਰੈਂਟਸ ਦੇ ਵਿੱਚ ਸਭ ਤੋਂ ਜ਼ਿਆਦਾ ਆਰਡਰ ਹੋਣ ਵਾਲੀ ਡਿਸ਼, ਜਿਹਦੇ ਲਈ ਆਪਾਂ ਜਾਰ ਦੇ ਵਿੱਚ 5-6 ਟਮਾਟਰ ਲੈ ਲਏ ਨੇ ਅਤੇ 5-6 ਅਦਰਕ ਦੀਆਂ ਅਤੇ 6-7 ਹਰੀਆਂ ਮਿਰਚਾਂ ਲੈ ਲਈਆਂ ਨੇ ਅਤੇ 8-10 ਲਸਣ ਦੀਆਂ ਗੰਢੀਆਂ ਲੈ ਲਈਆਂ ਨੇ। ਭਿੱਜੇ ਹੋਏ ਮਗਜ਼ ਅਤੇ ਕਾਜੂ ਲਏ ਨੇ। ਨਮਕ, ਗਰਮ ਮਸਾਲਾ, ਧਨੀਆ ਪਾਊਡਰ, ਹਲਦੀ ਅਤੇ ਦੇਗੀ ਮਿਰਚ ਪਾ ਕੇ ਚੰਗੀ ਤਰ੍ਹਾਂ ਇਹਦਾ ਸਮੂਥ ਜਿਹਾ ਬੈਟਰ ਤਿਆਰ ਕਰ ਲਾਂਗੇ। ਹੁਣ ਇੱਕ ਪੈਨ ਲਵਾਂਗੇ, ਇਹਦੇ ਵਿੱਚ ਦੇਸੀ ਘਿਓ ਲਵਾਂਗੇ ਥੋੜ੍ਹਾ ਜਿਹਾ ਅਤੇ ਇਹਦੇ ਵਿੱਚ ਬਟਰ ਪਾ ਲਾਂਗੇ ਥੋੜ੍ਹਾ। ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਵਿੱਚ ਆਪਾਂ ਪਨੀਰ ਦੇ ਪੀਸ ਕੱਟ ਕੇ ਪਾ ਲਾਂਗੇ। ਰੈਸਪੀ ਬਹੁਤ ਵਧੀਆ ਬਣਦੀ ਹੈ, ਜ਼ਰੂਰ ਇੱਕ ਵਾਰੀ ਟਰਾਈ ਕਰਕੇ ਦੇਖਿਓ। ਇਹਨੂੰ ਚੰਗੀ ਤਰ੍ਹਾਂ ਆਪਾਂ ਸਾਈਡ ਚੇਂਜ ਕਰਦੇ ਹੋਏ ਪਲਟ ਕੇ ਭੁੰਨ ਲਾਂਗੇ, ਫਰਾਈ ਕਰ ਲਾਂਗੇ। ਥੋੜ੍ਹਾ ਫਰਾਈ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਤੇਗੀ ਮਿਰਚ ਪਾ ਕੇ 2-3 ਮਿੰਟ ਲਈ ਹੋਰ ਭੁੰਨ ਲਾਂਗੇ। ਇਹਦੇ ਨਾਲ ਇਹਦਾ ਕਲਰ ਬਹੁਤ ਜ਼ਿਆਦਾ ਸੋਹਣਾ ਆਉਂਦਾ। ਕਹਿੰਦੇ ਹੁੰਦੇ ਆ ਨਾ ਕਿ ਅੱਖਾਂ ਨੂੰ ਦੇਖਣ ਨਾਲ ਚੀਜ਼ ਵਧੀਆ ਲੱਗਣੀ ਚਾਹੀਦੀ, ਪਹਿਲਾਂ ਆਪਾਂ ਅੱਖਾਂ ਦੇ ਨਾਲ ਖਾਂਦੇ ਹਾਂ। ਅਤੇ ਇਹਨੂੰ ਆਪਾਂ ਸੌ 'ਤੇ ਕਰ ਲਿਆ। ਹੁਣ ਇਹਨੂੰ ਸਾਈਡ 'ਤੇ ਰੱਖ ਕੇ ਇੱਕ ਪੈਨ 'ਚ ਹੋਰ ਦੇਸੀ ਘਿਓ ਦੇ 2 ਚਮਚੇ ਪਾ ਕੇ ਇਹਦੇ ਵਿੱਚ ਥੋੜ੍ਹਾ ਬਟਰ ਪਾ ਕੇ ਇਹਨੂੰ ਗਰਮ ਕਰਾਂਗੇ। ਗਰਮ ਕਰਕੇ ਇਹਦੇ 'ਚ 3-4 ਪਿਆਜ਼ ਬਰੀਕ ਬਰੀਕ ਕੱਟ ਕੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ। ਪਿਆਜ਼ ਭੁੰਨ ਕੇ ਹੁਣ ਇਹਦੇ 'ਚ ਆਪਾਂ ਪਿਊਰੀ ਪਾ ਦਿੰਦੇ ਹਾਂ। ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਵੀ 2-3 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਾਂਗੇ। ਉਦੋਂ ਤੱਕ ਭੁੰਨਾਂਗੇ ਜਦ ਤੱਕ ਇਹਦਾ ਤੇਲ ਰਿਲੀਜ਼ ਨਾ ਹੋ ਜਾਵੇ, ਸਾਈਡਾਂ ਤੋਂ ਤੇਲ ਨਾ ਦਿਖਣ ਲੱਗ ਜਾਵੇ। ਥੋੜ੍ਹਾ ਜਿਹਾ ਜਾਰ ਵਿੱਚ ਪਾਣੀ ਪਾ ਕੇ ਆਪਾਂ ਇਹਦੇ 'ਚ ਪਾ ਦਾਂਗੇ, ਐਡਜਸਟ ਕਰ ਲਾਂਗੇ ਗਰੇਵੀ ਨੂੰ। ਇਹਦੇ ਵਿੱਚ ਜਿਹੜਾ ਆਪਾਂ ਫਰਾਈ ਕਰਕੇ ਰੱਖਿਆ ਹੋਇਆ ਸੀ ਨਾ ਪਨੀਰ, ਉਹ ਇਹਦੇ ਵਿੱਚ ਐਡ ਕਰ ਦਾਂਗੇ। ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਇਹਨੂੰ 3-4 ਮਿੰਟ ਲਈ ਆਪਾਂ ਭੁੰਨ ਲਾਂਗੇ, ਗਰਮ ਕਰ ਲਾਂਗੇ ਚੰਗੀ ਤਰ੍ਹਾਂ। ਅਤੇ ਇਹਦੇ ਵਿੱਚ ਆਪਾਂ ਕਸਤੂਰੀ ਮੇਥੀ ਪਾਵਾਂਗੇ ਅਤੇ ਹਰਾ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ। ਅਤੇ 3-4 ਚਮਚੇ ਆਪਾਂ ਮਲਾਈ ਦੇ ਲੈ ਕੇ ਉਹਨੂੰ ਬੀਟ ਕਰਕੇ ਚੰਗੀ ਤਰ੍ਹਾਂ ਅਤੇ ਇਹਦੇ ਵਿੱਚ ਪਾ ਦਾਂਗੇ। ਬਹੁਤ ਜ਼ਿਆਦਾ ਵਧੀਆ ਟੇਸਟੀ ਬਣਦੀ ਹੈ, ਜ਼ਰੂਰ ਇੱਕ ਵਾਰੀ ਘਰ ਦੇ ਵਿੱਚ ਟਰਾਈ ਜ਼ਰੂਰ ਕਰਿਓ। ਅਤੇ ਆਪਾਂ ਹੁਣ ਆਪਾਂ ਪਲੇਟਿੰਗ ਕਰਦੇ ਹਾਂ। ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ।